अभी सुन रहे हो चावला न्यूज नेटवर्क टोरंटो CNN टोरंटो। वेलकम जी, आनु स्वागत है, सत श्री अकाल। शुक्रिया जी, मेरे वल्ल भी आप जी सारे श्रोतियां दे दर्शकां नूं सत श्री अकाल जी। की हाल चाल, ठीक ठाक? बड़ी कृपा जी, कृपा चाहिए। कहिंदे कि हिम्मत अगे लक्ष्मी ते पखी अगे पाउण। हाय 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 जी, गल बड़ी तगड़ी। वेखो कहावतां बुजुर्गां ने आवे नहीं, बिल्कुल ਤੁਹਾਡਾ ਕੋਈ ਇਧਰੋਂ ਫੀਡਬੈਕ ਆ ਰਹੀ ਹੈ ਬਾਬੇ, ਉਹਨੂੰ ਬੰਦ ਕਰ ਲਓ। ਮੇਰੀ ਆਵਾਜ਼ ਮੈਨੂੰ ਦੁਬਾਰਾ ਸੁਣਾਈ ਦੇ ਰਹੀ ਹੈ ਜੀ ਪੱਟੀ ਸਾਹਿਬ। ਚਲੋ ਦੇਖਦੇ ਹਾਂ। ਹਿੰਮਤ ਅੱਗੇ ਲਕਸ਼ਮੀ, ਪੱਖੇ ਅੱਗੇ ਪਾਉਣ। ਕੇਰਲ ਵਿੱਚ ਬੀੜੀ ਬਣਾਉਣ ਵਾਲਾ ਬਣਿਆ ਅਮਰੀਕਾ ਦਾ ਜਿਹੜਾ ਜੱਜ, ਮੈਂ ਪੜ੍ਹ ਰਿਹਾ ਸੀ ਸਟੋਰੀ, ਅਜੇ ਬੰਦ ਨਹੀਂ ਹੋਈ ਆਵਾਜ਼ ਅਤੇ ਮੇਰੇ ਕੰਨਾਂ ਨੂੰ ਹੁੰਦੀ ਹੈ ਪਰੇਸ਼ਾਨੀ ਫਿਰ ਤਾਂ ਬਹੁਤ ਜ਼ਿਆਦਾ। ਥੋੜ੍ਹਾ ਜਿਹਾ ਇਹਨੂੰ ਹੋਰ ਦੀ ਟਿਵਰੀ ਟਾਈਟ ਕਰੋ, ਪ੍ਰੋਪਰ ਬੰਦ ਕਰੋ। ਮੇਰੇ ਵੱਲੋਂ ਕੋਈ ਵੀ, ਮੇਰੇ ਵੱਲੋਂ ਹੁਣ ਸਾਰੇ ਇੰਸਟਰੂਮੈਂਟ ਬੰਦ ਆ ਜੀ। ਦੁਬਾਰਾ ਬਿਲਕੁਲ ਦੁਬਾਰਾ ਕਾਲ ਕਰੀ ਜੀ। ਹਾਂ ਚਲੋ ਮੈਂ ਹੀ ਕਰਦਾ ਜੀ, ਦੁਬਾਰਾ ਚੱਕੋ। ਮੈਂ ਹੀ ਕਰ ਰਿਹਾ ਜੀ ਕਾਲ, ਕੋਈ ਹੋਰ ਨਹੀਂ ਕਰ ਰਿਹਾ। 905-813-1320 905-813-1320 ਹਾਂਜੀ ਵੈਲਕਮ ਜੀ। ਐਕਚੁਅਲੀ ਬੇਸਿਕਲੀ ਜੀ, ਬੇਸਿਕਲੀ ਇਹ ਕੇਰਲਾ ਦੀ ਕਹਾਣੀ ਹੈ ਜੀ। ਕੇਰਲਾ ਦੇ ਵਿੱਚ ਇੱਕ ਮਜ਼ਦੂਰ ਦੇ ਘਰ ਪੈਦਾ ਹੋਇਆ ਬੱਚਾ ਸੁਰਿੰਦਰ ਕੇ ਪਟੇਲ। ਸੁਰਿੰਦਰ ਕੇ ਪਟੇਲ ਆਪਣੀ ਬਚਪਨ ਦੇ ਵਿੱਚ ਹੀ ਗਰੀਬੀ ਕਰਕੇ ਆਪਣੀ ਭੈਣ ਦੇ ਨਾਲ ਬੀੜੀ ਵਾਲੀ ਫੈਕਟਰੀ ਜਾ ਕੇ ਬੀੜੀ ਬਣਾਉਣ ਦਾ ਕੰਮ ਕਰਦਾ। ਬੀੜੀ ਬਣਾਉਣ ਦੇ ਨਾਲ ਨਾਲ ਉਹਨੇ ਮੈਟ੍ਰਿਕ ਵੀ ਕੀਤੀ। ਮੈਟ੍ਰਿਕ ਕਰਨ ਤੋਂ ਬਾਅਦ ਜਦੋਂ ਕਾਲਜ ਜਾਣ ਦੀ ਵਾਰੀ ਆਈ ਤੇ ਫਿਰ ਪੈਸੇ ਖਤਮ ਹੋ ਗਏ। ਇੱਕ ਸਾਲ ਦੀ ਫਰੇਕ ਮਾਰੀ ਤੇ ਫਿਰ ਬੀੜੀ ਦੀ ਫੈਕਟਰੀ ਚ ਕੰਮ ਕਰਦਾ। ਬੀੜੀ ਦੀ ਫੈਕਟਰੀ ਚ ਕੰਮ ਕਰਨ ਤੋਂ ਜਦੋਂ ਕਾਲਜ ਜਾਂਦਾ ਸੀ, ਜੇ ਕਾਲਜ ਵਾਲੇ ਅਧਿਆਪਕਾਂ ਨੂੰ ਪਤਾ ਲੱਗ ਜਾਏ ਵੀ ਇਹ ਬੀੜੀ ਦੀ ਫੈਕਟਰੀ ਚ ਕੰਮ ਕਰਦਾ ਤੇ ਸ਼ਾਇਦ ਉਹਨੂੰ ਉਹਦੇ ਵਿੱਚ ਕਲਾਸ ਚ ਨਾ ਬੈਠਣ ਦੇ। ਪਰ ਉਹਨੇ ਆਪਣੀ ਮਜਬੂਰੀ ਦੱਸ ਕੇ ਅਧਿਆਪਕਾਂ ਨੂੰ ਕਿਹਾ ਵੀ ਮੈਨੂੰ ਮੌਕਾ ਦਿੱਤਾ ਜਾਵੇ। ਖੈਰ ਉਹਨਾਂ ਨੇ ਕਿਹਾ ਵੀ ਚੱਲ ਦੇ ਦਿੰਦੇ ਹਾਂ। ਮੌਕਾ ਦਿੱਤਾ ਤੇ ਉਹ BA ਚੋਂ ਟੌਪ ਕੀਤੀ ਉਹਨੇ। ਜਦੋਂ ਟੌਪ ਕੀਤੀ ਫਿਰ ਅਧਿਆਪਕਾਂ ਦੀ ਹੋਰ ਉਤਸੁਕਤਾ ਵੱਧ ਗਈ ਵੀ ਬੱਚਾ ਪੜ੍ਹਨ ਵਾਲਾ ਜੀ। ਉਹਨਾਂ ਉਹਦੀ ਫਾਈਨਾਂਸ਼ੀਅਲੀ ਮਦਦ ਵੀ ਕੀਤੀ, ਉਹਦੀ ਵੈਸੇ ਮਦਦ ਵੀ ਕੀਤੀ। ਫਿਰ ਉਹਨੇ ਇਹਦੇ ਵਿੱਚ ਹੀ ਆਪਣੇ ਨਾਲ ਲੋਕਲ ਕੰਮ ਕਰਦੇ ਕਰਦੇ ਨੇ ਫਿਰ ਜਿਹੜਾ ਸੀ ਬਕਾਇਦਾ ਤੌਰ ਤੇ ਲਾ ਕੀਤੀ ਜੀ। ਲਾ ਕਰਨ ਤੋਂ ਬਾਅਦ ਉੱਥੇ ਕੋਰਟ ਦੇ ਵਿੱਚ ਜਾ ਕੇ ਉਹਨੇ ਬਕਾਇਦਾ ਤੌਰ ਤੇ ਪ੍ਰੈਕਟਿਸ ਸ਼ੁਰੂ ਕੀਤੀ ਤੇ ਨਾਮ ਖੱਟਿਆ। ਇੱਕ ਜੂਨੀਅਰ ਵਕੀਲ ਸੀ ਉੱਥੇ ਕੁੜੀ ਜੀ, ਉਹਦੇ ਨਾਲ ਸ਼ਾਦੀ ਕਰਾ ਦਿੰਦਾ। ਜੂਨੀਅਰ ਵਕੀਲ ਨਾਲ ਸ਼ਾਦੀ ਕਰਾਉਣ ਤੋਂ ਬਾਅਦ ਇਹ ਦੋਵੇਂ ਦਿੱਲੀ ਆ ਜਾਂਦੇ। ਇਹ ਸੁਪਰੀਮ ਕੋਰਟ 'ਚ ਪ੍ਰੈਕਟਿਸ ਕਰਦਾ। ਸੁਪਰੀਮ ਕੋਰਟ 'ਚ ਪ੍ਰੈਕਟਿਸ ਕਰਦੇ ਤੋਂ ਜਿਹੜੀ ਇਹਦੀ ਵਾਈਫ ਹੁੰਦੀ ਆ ਉਹਦੇ ਨਾਲ ਜਿਹੜੀ ਹੁੰਦੀ ਹੈ BSc ਜਿਹੜੀ ਆ ਮੈਡੀਕਲ ਵੀ ਕੀਤੀ। ਉਹਦਾ ਕੁਦਰਤੀ ਵੀਜ਼ਾ ਅਮਰੀਕਾ ਦਾ ਲੱਗ ਜਾਂਦਾ ਐਜ ਏ ਨਰਸ। ਇਹ ਬਤੌਰ ਏ ਨਰਸ ਉਹ ਨਰਸ ਤੇ ਪਤੀ ਨਾਲ ਇਹ ਵੀ ਨਾਲ ਚਲ ਜਾਂਦਾ। ਉੱਥੇ ਜਾ ਕੇ ਪਹਿਲਾਂ ਇਹ ਕਰਿਆਨੇ ਦੀ ਦੁਕਾਨ ਤੇ ਕੰਮ ਕਰਦਾ। ਉਹ ਨਰਸ ਇਹ ਕਰਿਆਨੇ ਦੁਕਾਨ ਤੇ ਕੰਮ ਕਰਦਾ, ਏਡਾ ਵੱਡਾ ਵਕੀਲ। ਫਿਰ ਚਲੋ ਸਮਾਂ ਪੈਂਦਾ ਇਹ ਪ੍ਰੈਕਟਿਸ ਸ਼ੁਰੂ ਕਰਦਾ। ਪ੍ਰੈਕਟਿਸ ਸ਼ੁਰੂ ਕਰਨ ਦੇ ਵਿੱਚ ਫਿਰ ਇਹ ਕਾਫੀ ਉਹਨੂੰ ਉੱਥੋਂ ਬੂਸਟ ਮਿਲਦਾ, ਇੰਟੈਲੀਜੈਂਟ ਬੰਦਾ ਸੀਗਾ। ਫਿਰ ਸੋਚਦਾ ਵੀ ਹੁਣ ਆਪਾਂ ਹੋਰ ਕੁਛ ਕਰ ਲਈਏ ਤੇ 2017 ਦੇ ਵਿੱਚ ਇਹ ਬਕਾਇਦਾ ਤੌਰ ਤੇ ਉੱਥੇ ਆਪਣੀ ਅਪਲਾਈ ਕਰਦਾ ਤੇ ਮੈਨੂੰ ਸਿਟੀਜਨਸ਼ਿਪ ਦਿੱਤੀ ਜਾਵੇ, ਇਹਨੂੰ ਉੱਥੋਂ ਦੀ ਨਾਗਰਿਕਤਾ ਮਿਲ ਜਾਂਦੀ ਹੈ। 2020 ਦੇ ਵਿੱਚ ਡੈਮੋਕ੍ਰੇਟਿਕ ਪਾਰਟੀ ਉੱਥੋਂ ਦੀ ਆ ਇਹਨੂੰ ਆਪਣਾ ਇੱਕ ਉਮੀਦਵਾਰ ਬਣਾਉਂਦੀ ਹੈ ਕਲਕੇ ਤੋਂ। ਇਹ ਉੱਥੇ ਵੀ ਜਿੱਤ ਜਾਂਦਾ। ਕਿਸਮਤ ਵੇਖੋ ਕਿੱਥੇ ਬੀੜੀ ਫੈਕਟਰੀ ਆ ਤੇ ਕਿੱਥੇ ਉਹ ਇੱਕ ਡੈਮੋਕ੍ਰੇਟ ਪਾਰਟੀ ਦਾ ਉਮੀਦਵਾਰ ਬਣ ਕੇ ਇਲੈਕਸ਼ਨ ਲੜਦਾ, ਜਿੱਤ ਜਾਂਦਾ। ਹੁਣ ਉਹਨੇ ਰਿਪਬਲਿਕ ਉਮੀਦਵਾਰ ਨੂੰ ਹਰਾਇਆ ਸੀਗਾ। ਹੁਣ ਉਹਦੇ ਮਨ ਚ ਇੱਛਾ ਹੁੰਦੀ ਵੀ ਨਹੀਂ ਇਹ ਮੇਰੇ ਵਾਸਤੇ ਕੋਈ ਆਖਰੀ ਪੌੜੀ ਨਹੀਂ, ਉਹ ਆਪਣੀ ਜੰਗ ਜਾਰੀ ਰੱਖਦੀ।
ਜਾਂਦਾ ਵਾ ਤੇ ਅਖੀਰ ਦੇ ਉੱਤੇ ਅਮਰੀਕਾ ਦੇ ਵਿੱਚ ਹੁਣ 2022 ਦੇ ਵਿੱਚ 240ਵੀਂ ਜ਼ਿਲ੍ਹਾ ਜੱਜ ਬਣ ਜਾਂਦਾ ਜੀ। ਮਿਹਨਤ ਆ ਨਾ ਜੀ, ਬੀੜੀ ਵਾਲੀ ਫੈਕਟਰੀ ਤੋਂ ਉੱਠਿਆ ਤੇ ਅਮਰੀਕਾ ਜਾ ਕੇ ਜੱਜ ਬਣਨਾ ਕੋਈ ਖਾਲਾ ਜੀ ਦਾ ਵਾੜਾ ਹੈ ਨੀ। ਇੱਥੇ ਸਾਡੇ ਬੱਚੇ ਆਉਂਦੇ ਆ, ਮਜ਼ਦੂਰੀ ਕਰਦੇ ਆ। ਇੱਕ ਦਿਨ ਟਰੱਕ ਡਰਾਈਵਰ ਤੇ ਟਿੱਪਣੀ ਕੀਤੀ ਸੀ ਤੇ ਇੱਕ ਵੀਰ ਨੇ ਬੜਾ ਗੁੱਸਾ ਕੀਤਾ ਸੀ, ਬਿਲਕੁਲ ਠੀਕ ਬਣਦਾ ਕਿ ਸਾਡੇ ਬਾਬੇ ਨਾਨਕ ਨੇ ਕਿਰਤ ਕਰੋ ਤੇ ਵੰਡ ਛਕੋ, ਨਾਮ ਜੀ ਦਾ ਸੰਕਲਪ ਦਿੱਤਾ। ਕਿਰਤ ਕੋਈ ਵੀ ਕਰ ਸਕਦੇ ਹੋ ਤੁਸੀਂ, ਟਰੱਕ ਡਰਾਈਵਰ ਮਾੜੇ ਨੀ, ਟਰੱਕ ਡਰਾਈਵਰ ਬਹੁਤ ਵਧੀਆ ਨੇ, ਵਧੀਆ ਕੰਮ ਕਰਦੇ ਆ। ਲੇਕਿਨ ਕਹਿਣ ਵਾਲੇ ਦਾ ਇਹ ਮਤਲਬ ਸੀ ਵੀ ਕਈ ਬੱਚੇ ਇੰਨੇ ਇੰਟੈਲੀਜੈਂਟ ਇੱਥੇ ਰਹਿ ਕੇ ਵੀ ਉਹ ਚੰਗੀਆਂ ਪ੍ਰਾਪਤੀਆਂ ਕਰ ਸਕਦੇ ਸੀ, ਲੇਕਿਨ ਇੱਕ ਹਵਾਵਾਦੀ ਬਾਹਰ ਜਾਣਾ, ਬਾਹਰ ਜਾਣਾ, ਬਾਹਰ ਜਾਣਾ। ਬਿਲਕੁਲ ਸਹੀ ਗੱਲ ਹੈ ਜੀ, ਗੱਲ ਇਹ ਨਾ ਵੀ ਕਦਰ ਪੈਂਦੀ ਆ ਇੱਥੇ। ਗੱਲ ਤਾਂ ਪਹਿਲਾਂ ਵੀ ਹੋ ਰਹੀ ਸੀ ਕਿ ਬਾਹਰਲੇ ਕੰਟਰੀਆਂ ਦੇ ਵਿੱਚ ਤੁਹਾਡਾ ਜੇ ਅਸੀਂ $10 ਘੰਟੇ ਦੇ ਜਾਂ $15 ਘੰਟੇ ਦੇ ਕਮਾ ਰਹੇ ਹਾਂ ਨਾ, ਉਹਦੇ ਵਿੱਚ ਸਾਨੂੰ ਡਾਲਰ ਦੀ ਹੀ ਚੀਜ਼ ਮਿਲਣੀ ਆ, $2 ਦੀ ਮਿਲਣੀ ਆ, $5 ਦੀ ਮਿਲਣੀ ਆ, $10 ਦੀ ਮਿਲਣੀ, ਹਜ਼ਾਰਾਂ ਦੀ ਨਹੀਂ ਨਾ ਮਿਲਣੀ। ਜੇ ਉੱਥੇ ਹਜ਼ਾਰਾਂ 'ਚ ਕਮਾ ਰਹੇ ਤਾਂ ਹਜ਼ਾਰਾਂ ਰੁਪਈਏ ਦੇ ਵਿੱਚ ਤੁਹਾਨੂੰ ਚੀਜ਼ਾਂ ਜਿਹੜੀਆਂ ਨੇ ਮਿਲਣੀਆਂ ਨੇ। ਸਾਡੇ ਭਲਿਆਂ ਮੇਲਿਆਂ ਦੀ ਗੱਲ ਆ, ਅਸੀਂ $5 $0.85 ਦੇ ਉੱਤੇ ਜੋਬ ਕੀਤੀ ਹੈ ਲੋਕਾਂ ਨੇ ਆ ਕੇ, $4 'ਤੇ ਵੀ ਕੀਤੀ ਹੈ। ਅੱਜ ਉਹ ਮਲਟੀ ਮਿਲੀਅਨਰ ਨੇ, ਉਹਨਾਂ ਦੇ ਕੋਲ ਬਹੁਤ ਧਨ ਦੌਲਤ ਮਿਹਨਤ ਕਰਕੇ ਉਹਨਾਂ ਨੇ ਬਣਾਇਆ। ਕਿਸੇ ਵੀ ਫੈਕਟਰੀ ਵਿੱਚ ਕੰਮ ਕਰਕੇ ਤੁਸੀਂ 4 ਪੈਸੇ ਜੋੜਦੇ ਹੋ, ਕਮਾਉਂਦੇ ਹੋ, ਆਪਣੀ ਤਰੱਕੀ ਕਰਦੇ ਹੋ। ਸਾਡੇ ਵੀ ਇੱਥੇ ਮੈਂ ਇੱਕ ਵਾਰੀ ਸ਼ੁਰੂ ਕਰਨ ਲੱਗਾ ਸੀ 0 to Hero TV 'ਤੇ, 2 ਘੰਟੇ ਪ੍ਰੋਗਰਾਮ ਕਰਦਾ ਹੁੰਦਾ ਸੀ ਬੈਲ 'ਤੇ ਮੈਂ, ਅਤੇ 2 ਘੰਟੇ ਦਾ ਬਿੱਲ ਜਿਹੜਾ ਸੀਗਾ ਉਸ ਵਕਤ ਐਵਰੀ ਵੀਕ ਦਾ, ਜੇ ਤੁਸੀਂ ਜਿਵੇਂ ਕੈਲਕੂਲੇਟ ਕਰਕੇ ਦੇਵਾਂ ਤਾਂ ਹੈਰਾਨ ਹੋ ਜਾਣਗੇ। ਪਰ ਹੁਣ ਅਸੀਂ TV ਕਰਦੇ ਹਾਂ, ਇਹਦੀ ਕੋਈ ਹੈ ਨਹੀਂ, ਹੁਣ ਡਿਜੀਟਲ ਯੁੱਗ ਖਤਮ ਹੋ ਗਿਆ, ਜ਼ਮਾਨਾ ਹੀ ਖਤਮ ਹੋ ਗਿਆ। $300  30 ਸੈਕਿੰਡ ਦਾ ਹੁੰਦਾ ਸੀ ਕਮਰਸ਼ਲ ਦਾ, ਲੋਕੀ ਬਿਜ਼ਨਸਮੈਨ ਦਿੰਦੇ ਸੀ ਸਾਨੂੰ, 2-2 ਵੀ ਲਾਉਂਦੇ ਸੀ ਵੀਕ ਦੀਆਂ, ਇਹ ਨਹੀਂ ਕਿ ਨਹੀਂ ਲਾਉਂਦੇ, ਲਾਉਂਦੇ ਸੀਗੇ, ਸੋਲਡ ਆਊਟ ਹੀ ਰਿਹਾ ਅਗਲਾ ਪੰਜਾਬ ਕਿੱਥੇ, $300  30 ਸੈਕਿੰਡ ਦਾ, ਅਤੇ ਕਿੱਥੇ ਹੁਣ ਇੱਥੇ $10 ਵੀ ਨਹੀਂ ਮਿਲਦੇ, ਕਿਉਂਕਿ IPTV ਬਾਕਸ ਨੇ ਜਖਣਾ ਪਟ ਕੇ ਰੱਖ ਦਿੱਤੀ ਹੈ। ਉਸ ਵਕਤ ਮਤਲਬ ਮੇਰਾ ਕਹਿਣ ਤੋਂ ਭਾਵ ਕਿ ਲੋਕੀ ਜਿਹੜੀ ਪੈਸੇ ਜੋੜਦੇ ਸੀ, ਕਮਾਈ ਕਰਦੇ ਸੀ ਅਤੇ ਆਪਣੇ ਮਨਸੂਬਿਆਂ ਨੂੰ ਕਾਮਯਾਬ ਕਰਦੇ ਸੀ। ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਜਿਹੜੇ ਮੈਂ ਉਹਨਾਂ 'ਤੇ 0 to Hero ਬਣਾਉਣੀ ਸੀਗੀ, ਸਾਡੇ ਇੱਥੇ ਫਲਾਇਰ ਸੁੱਟ ਸੁੱਟ ਕੇ, ਫਲਾਇਰ ਜਿਹੜਾ ਅਖਬਾਰਾਂ ਦਾ ਹੋਕਾ ਹਾਕਰ ਨੇ ਜਿਹੜਾ ਹੁੰਦਾ ਉਹ ਇੱਥੇ ਘਰਾਂ ਦੇ ਵਿੱਚ ਐਡਵਰਟਾਈਜਮੈਂਟ ਦੇ ਫਲਾਇਰ ਆਉਂਦੇ ਹੋ, ਐਡਾ ਵੱਡਾ ਮੋਟਾ ਪੇਪਰ ਹੁੰਦਾ, ਇੱਕ ਪੈਕੇਜ ਬਣਾਇਆ ਹੁੰਦਾ, ਪਲਾਸਟਿਕ 'ਚ ਲਪੇਟਿਆ ਹੁੰਦਾ, ਘਰਾਂ ਸੁੱਟਣਾ ਪੈਂਦਾ, ਅਪਾਰਟਮੈਂਟਾਂ 'ਚ ਚੜ੍ਹਨਾ ਪੈਂਦਾ, ਉਤਰਨਾ ਪੈਂਦਾ, ਕਿਉਂਕਿ ਲਿਫਟ ਨਹੀਂ ਤੁਸੀਂ ਲੈ ਸਕਦੇ, ਕੇਬਲ ਥੱਲੇ ਆ ਥੱਲੇ ਉੱਤੇ ਆ। ਲੋਕ ਸੁੱਟਦੇ ਸੀ, 5 ਸੈਂਟ ਮਿਲਦੇ ਸੀ ਇੱਕ ਦੇ, 2 ਸੈਂਟ ਮਿਲਦੇ ਸੀ ਇੱਕ ਦੇ, 2 ਪੈਸੇ ਮਤਲਬ ਡਾਲਰ ਦੀ ਕੀਮਤ ਦੀ ਵੈਲਿਊ ਸੀ 2 ਸੈਂਟ, ਮਤਲਬ ਤੁਸੀਂ ਆਪ ਲਾ ਲਓ ਕਿ ਕਿੰਨੇ ਬਣਦੇ। ਇੱਦਾਂ ਪੀਸ ਵਰਕ 'ਤੇ ਲੋਕਾਂ ਨੇ ਕੰਮ ਕੀਤਾ, ਇਸ ਜਵਾਨ ਦੀ ਚਲੋ ਉੱਥੋਂ ਉੱਠ ਕੇ ਆਇਆ, ਕਿਸੇ ਵੇਲੇ ਬਹੁਤ ਵਧੀਆ ਨੌਲੇਜ ਹੁੰਦੀ, ਮਜ਼ਬੂਰੀ ਹੁੰਦੀ ਆ, ਉੱਥੇ ਕੰਮ ਕਰਨਾ ਪੈਂਦਾ। ਮੈਂ ਕਿਸੇ ਵੇਲੇ ਹੈਰਾਨ ਹੁੰਦਾ, ਪੱਟੀ ਸਾਹਿਬ ਉੱਥੇ ਤਰਖਾਣ ਦੀ ਧੀ ਨੇ, ਉਹ ਤਰਖਾਣ ਦੀ ਧੀ ਨਹੀਂ ਹੈ, ਗੁੱਸਾ ਲੱਗਦਾ ਮੇਰੀਆਂ ਗੱਲਾਂ ਦਾ ਕਈਆਂ ਨੂੰ। ਜ਼ਿਮੀਂਦਾਰ ਦੇ ਪੋਤਰੇ ਦੇ ਚੱਕ 'ਤੇ ਫੱਟੇ, ਤਰਖਾਣ ਦੀ ਧੀ ਜੱਜ ਬਣ ਗਈ, ਬੱਲੇ ਲਿਖਣ ਵਾਲੇ ਦੀ ਕਰਤੂਤ ਵੇਖੋ, ਤਰਖਾਣ ਦੀ ਧੀ, ਉਹ ਮਿਹਨਤ ਕਸ਼ ਨਹੀਂ ਹੈ। ਜੁੱਤੀਆਂ ਗੰਢਣ ਵਾਲੀ ਦੀ ਧੀ ਨੇ ਮੋਰਚਾ ਫਤਿਹ ਕੀਤਾ, ਉਹ ਮਿਹਨਤ ਕਸ਼ ਆ ਭਾ। ਇਹੀ ਕਾਰਨ ਨਾਲ ਵੇਖ ਲਓ ਹੁਣ ਬੀੜੀ ਬਣਾਉਣ ਵਾਲੇ ਦੀ ਕਿੱਥੋਂ ਦੇ ਕਿੱਥੇ ਕਦਰ ਪਈ, ਜੇ ਉਹ ਆ ਕੇ ਗਰੋਸਰੀ ਸਟੋਰ 'ਤੇ ਕੰਮ ਕਰਦਾ ਸੀ ਅਤੇ ਇਹਨੂੰ ਇੱਥੇ ਕਨਵੀਨੀਅੰਸ ਸਟੋਰ ਕਹਿੰਦੇ ਆ, ਅਤੇ ਕਨਵੀਨੀਅੰਸ ਸਟੋਰ ਦੇ ਉੱਤੇ ਸਾਡੇ ਧੀਆਂ ਪੁੱਤਾਂ ਨੂੰ ਜੋਬ ਮਿਲ ਜਾਵੇ, ਆ ਕੇ ਨਵਿਆਂ ਨੂੰ ਤਾਂ ਬੜੀ ਮੌਜਾਂ ਮਾਣਦੇ ਆ ਵੀ ਠੀਕ ਆ, ਸਾਨੂੰ ਚੰਗੀ ਜੋਬ ਮਿਲ ਗਈ। ਖੈਰ, ਲਾਲਚੰਦ ਜਮਲਾ ਜੱਟ ਨੇ ਕਹਿਤਾ ਸੀ ਚਿੱਟਾ ਹੋ ਗਿਆ ਲਹੂ ਭਰਾਓ, ਚਿੱਟਾ ਹੋ ਗਿਆ ਲਹੂ, ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਪਲੀਜ਼। ਮੈਂ ਕਹਿ ਰਿਹਾ ਜੀ, ਅਮਰੀਕਾ ਦੇ ਵਿੱਚ ਪਹਿਲੀ ਸਿੱਖ ਜੱਜ ਜਿਹੜੀ ਔਰਤ ਬਣੀ ਮੋਨਿਕਾ ਸਿੰਘ, ਉਹਦੀ ਵੀ ਪ੍ਰਾਪਤੀ ਹੈਗੀ ਨੇ। ਹਾਂਜੀ ਹਾਂਜੀ, ਉਹ ਭਾਵੇਂ ਅਮਰੀਕਾ ਦੀ ਮੂਲ ਦੀ ਆ, ਲੇਕਿਨ ਉਹਨੇ ਆਪਣੇ ਨੂੰ ਮੋਨਿਕਾ ਸਿੰਘ ਤੇ ਆਪਣੇ ਨੂੰ ਸਿੱਖ ਲਿਖਿਆ ਆਪਣੇ ਫਾਰਮ ਦੇ ਵਿੱਚ, ਮੈਂ ਸਿੱਖ ਹਾਂ, ਤੇ ਇਹ ਵੀ ਇੱਕ ਪ੍ਰਾਪਤੀ ਨਾ ਉਹਦੀ, ਜਾ ਕੇ ਪਹਿਲੀ ਮਹਿਲਾ ਸਿੱਖ ਜੱਜ ਬਣੀ ਅਮਰੀਕਾ ਦੇ। ਉਹਨੇ ਕੱਲ ਸਹੁੰ ਚੁੱਕੀ ਹਿਊਸਟਨ ਦੇ ਵਿੱਚ, ਤੇ ਆਪਣੀ
ਸਰਕਾਰੀ ਭੇਸ ਗੁਪਤ ਰੱਖਣ ਦੀ ਤੇ ਇਮਾਨਦਾਰੀ ਨਾਲ ਕੰਮ ਕਰਦੀ ਤੇ ਕੱਲ ਸੋਚ ਚੁੱਕੀ ਆ ਤੇ 20 ਸਾਲ ਦੀ ਉਮਰ ਚ ਉਹਨੇ ਵਕਾਲਤ ਪੂਰੀ ਕਰ ਲਈ ਸੀ ਜੀ। ਅੱਛਾ ਉਹਨੇ ਵੀ ਤੇ ਪ੍ਰਾਪਤੀ ਹੈ ਨਾ ਜੀ। ਕਸਤੂਰੀ ਬਾਈ ਆ, ਚਿੱਟਾ ਹੋਇਆ ਲਹੂ ਭਰਾਓ, ਚਿੱਟਾ ਹੋਇਆ ਲਹੂ। ਇਹ ਕਸਤੂਰੀ ਬਾਈ ਰੱਬ ਕੋਲੋਂ ਮੰਗ ਰਹੀ ਹੈ ਮੌਤ। ਕਸਤੂਰੀ ਬਾਈ ਜਬਲਪੁਰ ਦੀ ਰਹਿਣ ਵਾਲੀ ਹੈ ਜੀ। 15 ਸਾਲ ਪਹਿਲਾਂ ਇਹਦੇ ਪਤੀ ਦੀ ਡੈਥ ਹੋ ਜਾਂਦੀ ਹੈ। ਇਹਦੇ ਦੋ ਬੇਟੇ ਨੇ, 70 ਸਾਲ ਦੀ ਉਮਰ। ਇੱਕ ਬੇਟਾ ਆਤਮ ਹੱਤਿਆ ਕਰ ਗਿਆ, ਦੂਸਰੇ ਬੇਟੇ ਦੀ ਪਤਨੀ ਨੇ ਨੂੰਹ ਨੇ ਇੰਨਾ ਤੰਗ ਕੀਤਾ, ਵੀ ਇਹਨੂੰ ਆ ਕੇ ਵਿੰਦਰਾਵਨ ਦੇ ਵਿੱਚ ਇੱਕ ਆਸ਼ਰਮ ਚ ਜੀਵਨ ਬਤੀਤ ਕਰਨਾ ਪਿਆ। ਹੁਣ ਉੱਥੇ ਉਹਦੀ ਆਪਣੀ ਪੋਤੀ ਆ ਤੇ ਪੁੱਤ ਆ, ਤਾਂ ਉਹਨੂੰ ਪੁੱਛਿਆ ਗਿਆ ਵੀ ਜੇ ਮਾਤਾ ਤੈਨੂੰ ਉਹ ਲੈਣ ਤੂੰ ਜਾਏਗੀ? ਕਹਿੰਦੀ ਕਿਹਨੇ ਦਿਨ ਆਉਣਾ, ਹੁਣ ਕਿਸੇ ਲੈਣ ਨਹੀਂ ਆਉਣਾ। ਜੇ ਉਹਨਾਂ ਲੈਣ ਆਉਣਾ ਹੁੰਦਾ ਤੈਨੂੰ ਘਰੇ ਵੀ ਘਰ ਕਿਉਂ ਕਰ? ਉਹ ਸਵੇਰੇ ਉੱਠ ਕੇ ਲੋਕੀ ਤੇ ਅਰਦਾਸ ਕਰਦੇ ਵੀ ਸਾਨੂੰ ਜਿਹੜੀ ਉਹ ਲੰਮੀ ਆਜੂ ਬਖਸ਼ੀ ਉਹ ਨਹੀਂ, ਉਲਟ ਕਰਦੀ। ਉਹ ਕਹਿੰਦੀ ਵੀ ਹੁਣ ਬੜੀ ਹੋ ਗਈ ਆ, ਪਾਤਸ਼ਾਹ ਹੁਣ ਚੁੱਕ ਲੈ ਦੁਨੀਆਂ ਤੋਂ, ਜੀਵਨ ਲੀਲਾ ਖਤਮ ਕਰਦੇ ਮੇਰੀ। ਵੈਸੇ ਵਿੰਦਰਾਵਨ ਦੇ ਵਿੱਚ ਉਹ ਖੁਸ਼ ਇਸ ਗੱਲ ਤੋਂ ਆ ਵੀ ਉਹ ਆਉਂਦੀ ਵੀ ਮੈਨੂੰ ਇੱਥੇ ਜਿਹੜੇ ਇਹਨਾਂ ਦੇ ਹੈਗੇ ਨੇ ਸੰਚਾਲਕ ਅਨੁਰਧਾਚਾਰੀਆ ਮਹਾਰਾਜ ਜਿਹੜੇ ਨੇ ਉਹ ਬਹੁਤ ਸੋਹਣਾ ਟੀਲ ਕਰਦੇ, ਲੇਕਿਨ ਫਿਰ ਵੀ ਮੈਂ ਤੰਗ ਇਸ ਗੱਲ ਤੋਂ ਵੀ ਮੈਨੂੰ ਰੋਜ਼ ਇਹੋ ਹੀ ਹੈ ਵੀ ਮੈਨੂੰ ਰੱਬ ਜਿਹੜਾ ਚੁੱਕ ਲਵੇ ਦੁਨੀਆ ਤੋਂ ਲੈ। ਦੋ ਦੇਖੋ ਆਉਂਦੇ ਹੁੰਦੇ ਵੀ 5 ਪੁੱਤ 6-10 ਪੋਤੇ ਤੇ ਫਿਰ ਬਾਬਾ ਖਾ ਖੋਤੇ, ਉਹ ਗੱਲ ਆ। ਪੁੱਤ ਵੀ ਨੌਕਰੀ ਕਰਦਾ, ਧੀ ਨੂੰਹ ਵੀ ਕਰਦੀ, ਅੱਛੇ ਜੋਬ ਕਰ ਰਹੇ ਨੇ ਸਾਰੇ, ਲੇਕਿਨ ਫਿਰ ਵੀ ਜੇ ਮਾਤਾ ਨੂੰ ਘਰੋਂ ਕੱਢਿਆ ਤੇ ਮੈਂ ਸੋਚਦਾ ਵੀ ਚਿੱਟਾ ਲਹੂ ਹੋਣ ਵਾਲੀ ਗੱਲ ਆ। ਜਦੋਂ ਪੁੱਤ ਜੰਮਦੇ ਨੇ ਘਰਾਂ ਚ ਖੁਸ਼ੀਆਂ ਮਨਾਈਆਂ ਜਾਂਦੀਆਂ, ਕਿੰਨਾ ਕੁਛ ਕੀਤਾ ਜਾਂਦਾ ਵਾ, ਲੋਹੜੀਆਂ ਮਨਾਈਆਂ ਜਾਂਦੀਆਂ, ਤੇ ਜਦੋਂ ਫਿਰ ਇਸ ਤਰ੍ਹਾਂ ਦੀ ਕਹਾਣੀ ਵਾਪਰਦੀ ਆ, ਦੁੱਖ ਤੇ ਮਾਂ ਪਿਓ ਨੂੰ ਤਾਂ ਹੁੰਦਾ ਹੀ ਆ। ਵਿਧਾਨ ਸਭਾ ਦੇ ਸਪੀਕਰ ਦੀ ਪਾਰਟੀ ਵਿੱਚ ਬਗਾਵਤ ਕਰਨ ਲਈ ਸਰਗਰਮੀਆਂ ਤੇਜ਼, ਭਗਵੰਤ ਮਾਨ ਪੀੜਤ ਹੈ ਵਿਜੇ ਸਿੰਗਲਾ ਨਾਲ ਕੀਤੀ ਬੰਦ ਕਮਰਾ ਮੀਟਿੰਗ। ਸਦਮਾ ਨੇ ਪਹਿਲਾਂ ਸਰਕਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ, ਕੀ ਕਹਿਣਾ ਚਾਹੋਗੇ? ਵੇਖੋ ਜਿਹੜੀ ਸਦਮਾ ਸਾਹਿਬ ਦੀ ਗੱਲ ਹੈ ਜੀ, ਸਦਮਾ ਸਾਹਿਬ ਅੰਦਰੋਂ ਇਸ ਗੱਲ ਤੋਂ ਦੁਖੀ ਆ ਵੀ ਅਸੀਂ ਜਿਹੜਾ ਬਰਗਾੜੀ ਮੋਰਚਾ ਦਾ ਤੇ ਬਹਿਬਲ ਕਲਾ ਤੇ ਕੋਟਕਪੂਰੇ ਦਾ ਇਨਸਾਫ ਨਹੀਂ ਦੇ ਸਕਦੇ। 2.5 ਮਹੀਨੇ ਪਹਿਲਾਂ ਬਕਾਇਦਾ ਤੌਰ ਤੇ ਉੱਥੇ ਕਹਿ ਕੇ ਆਏ ਸੀ ਵੀ 1.5 ਮਹੀਨੇ ਦੀ ਗੱਲ ਆ, 1.5 ਮਹੀਨੇ ਬਾਅਦ ਇੱਥੇ ਸ਼ੁਕਰਾਨੇ ਦਾ ਖੰਡ ਪਾਠ ਕਰਾਵਾਂਗੇ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਾਂਗੇ, ਇਨਸਾਫ ਮਿਲੇ, ਚਿੰਤਾ ਨਾ ਕਰੋ ਕਿਸੇ ਗੱਲ ਦੀ। ਲੇਕਿਨ 1.5 ਮਹੀਨੇ ਬਾਅਦ ਉਹ ਆਪ ਗਏ ਹੀ ਨੀ ਉੱਥੇ। ਇਹ ਵੀ ਗੱਲ ਕਹਿ ਕੇ ਆਈ ਸੀ ਵੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾ, ਸਾਡੇ ਵਾਸਤੇ ਗੁਰੂ ਪਹਿਲਾਂ, ਠੀਕ ਹੈ ਉਹਨਾਂ ਨੇ। ਲੇਕਿਨ ਦੁਖੀ ਇੰਨੇ ਆ ਵੀ ਇਹਨਾਂ ਨੇ ਇਹ ਬਣਨਾ ਚਾਹੁੰਦੇ ਸੀ ਐਗਰੀਕਲਚਰ ਮਿਨਿਸਟਰ, ਐਗਰੀਕਲਚਰ ਮਿਨਿਸਟਰ ਨਹੀਂ ਬਣ ਸਕੇ, ਉਹਨਾਂ ਚੁੱਕ ਕੇ ਸਪੀਕਰ ਬਣਾ ਦਿੱਤਾ। ਸਪੀਕਰ ਬਣ ਕੇ ਵੀ ਉਹ ਮਹਿਸੂਸ ਕਰਦੇ ਵੀ ਮੇਰਾ ਕੁਛ ਜੇ ਗੁਆਚ ਹੁੰਦਾ ਏਦਮ, ਕਿਉਂਕਿ ਇੱਕ ਮੰਤਰੀ ਦੀ ਹੈਸੀਅਤ ਤੇ ਸਪੀਕਰ ਦੀ ਹੈਸੀਅਤ ਬੜਾ ਫਰਕ ਆ। ਸਪੀਕਰ ਦੀ ਹੈਸੀਅਤ ਤੁਸੀਂ ਪਬਲਿਕਲੀ ਉਸ ਤਰ੍ਹਾਂ ਵਿਚਰ ਨਹੀਂ ਸਕਦੇ, ਲੇਕਿਨ ਇਹ ਪਹਿਲੇ ਸਪੀਕਰ ਆ ਜਿਹੜੇ ਪਬਲਿਕ ਤੌਰ ਤੇ ਵਿਚਰ ਕੇ ਲੋਕਾਂ ਦੀਆਂ ਫਰਿਆਦ ਸੁਣਦੇ, ਲੋਕਾਂ ਨਾਲ ਮੀਟਿੰਗਾਂ ਕਰਦੇ, ਅਫਸਰਾਂ ਦੀ ਮੀਟਿੰਗਾਂ ਕਰਦੇ। ਇਹਨਾਂ ਨੇ ਇੱਕ ਮੀਟਿੰਗ ਰੱਖੀ ਅਫਸਰਾਂ ਦੀ ਵੀ ਇਸ ਦਿਨ ਸਾਰੇ ਅਫਸਰ ਇੱਥੇ ਆਉਣ ਜੀ, ਆ ਕੇ ਮੁਲਾਕਾਤ ਕਰਨ। ਲੇਕਿਨ ਉਸੇ ਟਾਈਮ ਦੇ ਉੱਤੇ ਉਸੇ ਇਮਾਰਤ ਦੇ ਵਿੱਚ ਦੂਸਰੇ ਹਾਲ ਚ ਮੁੱਖ ਮੰਤਰੀ ਦੀ ਮੀਟਿੰਗ ਰੱਖ। ਜਦੋਂ ਇਹ ਮੀਟਿੰਗ ਜੋ ਉਡੀਕ ਕਰਦੇ ਰਹੇ, ਅਫਸਰ ਆਏ ਦਾ ਤੇ ਪੁੱਛਿਆ ਵੀ ਗੱਲ ਕੀ ਹੋਈ ਆ, ਉਹ ਕਹਿੰਦੇ ਜੀ ਉਹ ਮੁੱਖ ਮੰਤਰੀ ਦੀ ਮੀਟਿੰਗ ਚੱਲੇ ਕੇ। ਤੇ ਜਦੋਂ ਇਹਨਾਂ ਨੂੰ ਪੱਤਰਕਾਰ ਨੇ ਪੁੱਛਿਆ ਵੀ ਹੁਣ ਤੁਸੀਂ ਕੀ ਕਰੋਗੇ, ਕਹਿੰਦਾ ਜੀ ਮੈਂ ਸਪੀਕਰ ਆ, ਵਿਧਾਨ ਸਭਾ ਤਲਬ ਕਰੂਗਾ ਇਹਨਾਂ ਨੂੰ। ਤਲਬ ਕਿਹਨੇ ਕਰਨਾ ਸੀ, ਕਿਹਨੇ ਨਹੀਂ ਕਰਨਾ? ਹੁਣ ਉਹ ਪੀੜਤ ਨੇ, ਅੰਦਰੋਂ ਉਹ ਪੀੜਤ ਨੇ, ਮੰਤਰੀ ਬਣਨਾ ਚਾਹੁੰਦੇ ਮੰਤਰੀ ਨਹੀਂ ਬਣ ਸਕੇ। ਜਿਹੜੀ ਅਮਰਧਾਰੀ ਸਿੰਘ ਨੇ ਜਿਹੜਾ ਇਨਸਾਫ ਦੀ ਗੱਲ ਕਰਕੇ ਉਹ ਪੂਰਾ ਨਹੀਂ ਹੋਇਆ, ਅੰਦਰੋਂ ਪੀੜਤ ਨੇ। ਹੁਣ ਜਿਹੜੀ ਇਹਨਾਂ ਪਰਸੋਂ ਮੀਟਿੰਗ ਕੀਤੀ ਹੈ ਬਕਾਇਦਾ ਤੌਰ ਤੇ ਵੀ ਕੇ ਸਿੰਗਲਾ ਨਾਲ,
ਵੀਕੇ ਸਿੰਗਲਾ ਨੂੰ ਭਾਵੇਂ ਦੋਸ਼ੀ ਸੀ ਜਾਂ ਨਹੀਂ ਦੋਸ਼ੀ, ਅਜੇ ਤੱਕ ਭਗਵੰਤ ਮਾਨ ਨੇ ਨਾ ਉਹ ਆਡੀਓ ਨਾ ਉਹ ਵੀਡੀਓ ਨਾ ਕੋਈ ਕਾਗਜ਼ ਨਾ ਪੱਤਰ ਕੱਢਿਆ ਨੀ ਵੀਕੇ ਸਿੰਗਲਾ ਨੂੰ ਮੰਤਰੀਸ਼ਿਪ ਤੋਂ ਖਰਚ ਕਰਨ ਵਾਸਤੇ ਤੇ ਜੇਲ੍ਹ ਭੇਜਣ ਵਾਲਾ। ਅੰਦਰੋਂ ਉਹ ਵੀ ਪੀੜਤ ਆ, ਦੁਖੀ ਅੰਦਰੋਂ। ਤੁਹਾਨੂੰ ਪਤਾ ਹੋਏਗਾ ਇਹ ਚਰਚੇ ਚੱਲੇ ਸੀਗੇ ਵੀ ਇਹਨੇ ਕੇਜਰੀਵਾਲ ਨੂੰ ਪੈਸੇ ਦੇ ਕੇ ਟਿਕਟ ਲਈ। ਅਸੀਂ ਇਸਦਾ ਦਾਵਾ ਨੀ ਕਰਦੇ, ਮੈਂ ਚਰਚਾ ਦੀ ਗੱਲ ਕੀਤੀ ਹੈ। ਹੁਣ ਜਿਹੜਾ ਕੇਜਰੀਵਾਲ ਦੇ ਨੇੜੇ ਸੀ, ਭਗਵੰਤ ਮਾਨ ਨੇ ਆਪਣੇ ਲੈਵਲ ਤੇ ਐਕਸ਼ਨ ਲੈ ਲਿਆ ਉਹਦੇ ਖਿਲਾਫ, ਤੇ ਫਿਰ ਭਗਵੰਤ ਮਾਨ ਪੀੜਤ ਹੋ ਗਿਆ ਨਾ, ਉਹ ਵੀ ਪੀੜਿਤ, ਉਹ ਵੀ ਪੀੜਿਤ। ਦੋਵਾਂ ਦੀ ਮਾਨਸੇ ਦੇ ਵਿੱਚ 1.5 ਘੰਟਾ ਬੰਦ ਕਮਰਾ ਮੀਟਿੰਗ ਹੋਈ ਹੈ। ਇੰਜ ਮਹਿਸੂਸ ਹੁੰਦਾ ਵਾ ਵੀ ਕੇਂਦਰੀ ਹਾਈਕਮਾਂਡ ਪੰਜਾਬ ਦੇ ਵਿੱਚ ਦੋ ਪਾਵਰ ਹਾਊਸ ਦੀ 3 ਪਾਵਰ ਹਾਊਸ ਬਣਾਉਣ ਜਾ ਰਹੀ ਹੈ। ਦੋ ਪਾਵਰ ਹਾਊਸ ਅੱਗੇ ਹੈਗੇ ਆ ਤੇ 3 ਬਣਾ ਰਹੀ ਹੈ। ਇਸ ਕਰਕੇ ਵੀ ਕਾਂਗਰਸ ਵਾਲੀ ਪਾਲਿਸੀ ਵੀ ਦੋ ਪਾਵਰ ਹਾਊਸ ਰੱਖੋ, ਜੇ ਉਹ ਕੰਮ ਨਾ ਆਇਆ ਤੇ ਉਹਨੂੰ ਬਣਾ ਦੇ, ਉਹ ਕੰਮ ਨਾ ਆਇਆ ਤੇ ਉਹਨੂੰ ਉਹਦੇ ਪਾਸੇ ਚਲ ਜਾਓ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕੰਮ ਹੁੰਦਾ ਸੀਗਾ, ਜੇ ਜ਼ਿਲ੍ਹਾ ਜਸਦਰ ਖਰਾਬ ਕਰਦਾ ਤੇ ਜਿਹੜਾ ਜੂਨੀਅਰ ਉਹਨੂੰ ਥਾਪੜਾ ਦੇ ਦਿਓ, ਚੱਲ ਵੀ ਤੂੰ ਜਸਦਰ ਕੋਈ ਗੱਲ ਨੀ, ਉਹਦੀ ਗੱਲ ਸੁਣ ਲਓ। ਇਸ ਕਰਕੇ ਜਿਹੜੀ ਆ ਇਹ ਜਿਹੜੀ ਮੀਟਿੰਗ ਇਹ ਚਰਚਾ ਦਾ ਵਿਸ਼ਾ ਵਾ। ਇਹ ਮੀਟਿੰਗ ਦੇ ਸਿੱਟੇ ਕੀ ਨਿਕਲਣਗੇ, ਜੇ ਤਾਂ ਗੱਲ ਬਾਹਰ ਆਈ ਨੀ ਗੱਲ ਮੀਟਿੰਗ ਕੀਤੀ ਕਾਹਦੀ, ਕੀ ਗੱਲਬਾਤ ਹੋਈ ਹੈ, ਲੇਕਿਨ ਇਹ ਸਿੰਧਵਾ ਸਾਹਿਬ ਪੀੜੇ ਜ਼ਰੂਰ ਹੈ। ਜੇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਨੂੰ ਨਾ ਤੋਰੀਏ ਤੇ ਦਿੱਲੀ ਨਗਰ ਦੇ ਮੇਅਰ ਦੀ ਜਿਹੜੀ ਚੋਣ ਆ ਉਹ 3 ਚਕਾਨਾ ਪਿਆ ਹੋਇਆ, ਪਾਣੀ 'ਚ ਮਧਾਣੀ ਪਈ ਹੋਈ ਹੈ, ਸਿੰਘ ਫਸੇ ਹੋਏ ਆ। ਇੱਥੇ ਭਾਜਪਾ ਤੇ ਆਮ ਆਦਮੀ ਪਾਰਟੀ ਕੌਂਸਲਰ ਜਿਹੜੇ ਘਸੁੰਨ ਮੁੱਕੀ ਹੋਏ ਆ, ਉਹ ਖਬਰ ਅਜੇ ਗਰਮ ਹੈ, ਕੀ ਕਹਿਣਾ ਚਾਹੋਗੇ? ਵੇਖੋ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਆ ਨਾ ਜੀ, ਭਾਵੇਂ ਉੱਥੇ ਇੱਕ ਚੁਣੀ ਹੋਈ ਸਰਕਾਰ ਕੇਜਰੀਵਾਲ ਦੀ, ਉਹ ਪੂਰੀ ਨੀ ਅਧੂਰੀ ਸਰਕਾਰ, ਅੱਧੀ ਨੀ ਆਪਾਂ ਕਵਾਂਗੇ ਅਧੂਰੀ ਕਵਾਂਗੇ, ਅਧੂਰੀ ਇਸ ਕਰਕੇ ਆ ਵੀ ਉਹਦੇ ਸਾਰੀਆਂ ਪਾਵਰਾਂ ਉਹਨਾਂ LG ਨੂੰ ਦੇਤੀਆਂ, ਉਪ ਰਾਜਪਾਲ ਨੂੰ ਦੇਤੀਆਂ, ਲੈਫਟੀਨੈਂਟ ਗਵਰਨਰ ਨੂੰ ਦੇਤੀਆਂ, ਉਹ ਜੋ ਮਰਜ਼ੀ ਕਰੇ, ਕੋਈ ਵੀ ਫਾਈਲ ਇਹਨਾਂ ਨੇ ਆਪਣੇ ਬਾਹਰ ਖਲੋਤਾ ਚੌਂਕੀ ਦਾ ਬਦਲਣਾ ਨਾ, ਤੇ ਕੇਜਰੀਵਾਲ ਸਾਹਿਬ ਲਿਖ ਕੇ ਭੇਜਣਗੇ, ਤੇ ਜਿੰਨਾ ਚਿਰ LG ਸਾਈਨ ਨਹੀਂ ਕਰੇਗਾ ਉਹਨਾਂ ਚਿਰ ਉਹ ਚੌਂਕੀਦਾਰ ਨਹੀਂ ਬਦਲਿਆ ਜਾ। ਹੁਣ ਇੱਥੋਂ ਤੱਕ ਗੱਲ ਚੱਲੇਗੀ, LG ਨੇ ਕੀ ਕੀਤਾ, ਉੱਥੇ ਨੋਮੀਨੇਸ਼ਨ ਹੁੰਦੀ ਹੈ ਜੀ 10 ਬੰਦਿਆਂ ਦੀ। ਵੈਸੇ ਬੇਸਿਕਲੀ ਚਾਹੀਦਾ ਤੇ ਇਹ ਆ ਵੀ ਜਿਹੜੀ ਉੱਥੇ ਲੋਕਾਂ ਦੀ ਚੁਣੀ ਹੋਈ ਸਰਕਾਰ ਉਹ ਨੋਮੀਨੇਟ ਕਰੇ, ਲੇਕਿਨ ਇੱਥੇ ਉਲਟ ਆ, ਉਹ 10 ਬੰਦੇ ਜਿਹੜੇ ਕਾਰਪੋਰੇਸ਼ਨ ਨੋਮੀਨੇਟ ਕਰਨੇ ਸੀ ਉਹ ਬਕਾਇਦਾ ਤੌਰ ਤੇ ਕਰ ਦਿੱਤੇ ਇਹਨਾਂ ਨੇ, ਆਪਣਿਆਂ ਨੇ LG ਸਾਹਿਬ ਨੇ। 250 ਬੰਦਿਆਂ ਦਾ ਹਾਊਸ ਸੀ, 260 ਹੋ ਗਏ। ਹੁਣ ਜਿਹੜੇ 200 ਨੋਮੀਨੇਟ ਕੀਤੇ 10 ਬੰਦੇ, ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੁੰਦਾ। ਅਕਸਰ ਇਹ ਹੁੰਦਾ ਵਾ ਵੀ ਜਦੋਂ ਮੇਅਰ ਦੀ, ਡਿਪਟੀ ਮੇਅਰ ਦੀ, ਬਾਕੀ ਅਹੁਦੇਦਾਰਾਂ ਦੀ ਚੋਣ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਇਹ ਨੋਮੀਨੇਸ਼ਨ ਹੁੰਦੀ ਹੈ ਹਾਊਸ ਦੇ ਵਿੱਚ। ਲੇਕਿਨ LG ਨੇ ਆਪਣੇ ਪ੍ਰਭਾਵ ਵਰਤ ਕੇ, ਆਪਣੀ ਤਾਕਤ ਵਰਤ ਕੇ ਇਹ ਪਹਿਲਾਂ ਕਰ ਦਿੱਤੀ। ਹੁਣ ਇਹ ਕਹਿ ਰਿਹਾ ਵੀ ਤੁਸੀਂ ਇਹਨਾਂ ਨੂੰ ਵੋਟਾਂ ਪਾਉਣ ਬਦਲੇ ਜਿਹੜੀ ਗੱਲ ਕੀਤੀ, ਇਹਨੇ ਵੋਟਾਂ ਪਾਓਗੇ ਤੁਸੀਂ, ਜਾਂ ਤੇ LG ਲਿਖ ਕੇ ਇੱਕ ਆਪਣਾ ਬਿਆਨ ਜਾਰੀ ਕਰੇ ਜਾਂ ਲਿਖਤੀ ਦੇਵੇ ਵੀ ਇਹ ਵੋਟ ਨਹੀਂ ਪਾਉਣਗੇ, ਜੇ ਉਹ ਨਹੀਂ ਕਰਦਾ ਤੇ ਫਿਰ ਤੁਹਾਡੀ ਨੀਅਤ ਚ ਫਰਕ ਹੈਗਾ। ਦਿੱਲੀ ਦੇ ਵਿੱਚ ਕੀ ਹੈ, ਨਗਰ ਨਿਗਮ ਦੇ ਵਿੱਚ 134 ਸੀਟਾਂ ਜਿਹੜੀਆਂ ਵਾ ਉਹ ਬਕਾਇਦਾ ਤੌਰ ਤੇ ਆਮ ਆਦਮੀ ਜਿੱਤੀ ਹੈ, ਤੇ 104 ਸੀਟਾਂ ਜਿਹੜੀ ਭਾਜਪਾ ਜਿੱਤੀ ਹੈ, ਤੇ 9 ਕਾਂਗਰਸ ਤੇ 3 ਆਜ਼ਾਦ ਜਿੱਤੀ। ਇਹ ਬਣਾ ਕੇ 250 ਬਣ ਜਾਂਦੇ ਆ। ਹੁਣ ਕਾਂਗਰਸ ਵਾਲੇ ਚੁੱਪ ਨੇ, ਆਜ਼ਾਦ ਚੁੱਪ ਨੇ, BJP ਕਹਿੰਦੇ ਤੁਸੀਂ ਹਾਊਸ ਦੀ ਮੀਟਿੰਗ ਕਰੋ, ਤੁਹਾਨੂੰ ਰੋਕਦਾ ਕੌਣ? ਉਹ ਕਹਿੰਦੇ ਰੋਕਦੇ ਤੁਸੀਂ ਹੋ, ਤੁਸੀਂ ਆਪਣਾ ਮੇਅਰ ਬਰਾਬਰ ਤੇ ਖੜਾ, ਇਹਦਾ ਮਤਲਬ ਤੁਸੀਂ ਕੋਈ ਨਾ ਕੋਈ ਕਹਾਣੀ ਕੀਤੀ ਆ। ਤੁਹਾਡੇ ਇੱਕ ਲੀਡਰ ਨੇ ਕਹਿ ਵੀ ਦਿੱਤਾ ਸੀ ਵੀ ਮੇਅਰ ਤੇ ਆਖਰ ਤੇ ਸਾਡੇ ਹੀ ਬਣੂ, ਤੁਸੀਂ ਸਾਰੀਆਂ ਤਿਕੜੋਂ ਬਾਜ਼ੀਆਂ ਕਰਨੀਆਂ। ਉਹ 10 ਮੈਂਬਰਾਂ ਨੂੰ ਲੈ ਕੇ ਜਦੋਂ ਹਾਊਸ ਚ ਗੱਲਬਾਤ ਹੋਈ, ਉਹ ਜਾਣ ਲੱਗੇ ਤੇ ਉੱਥੇ ਇਹਨਾਂ ਦਾ ਝਗੜਾ ਹੋਇਆ, ਘਸੁੰਨ ਮੁੱਕੀ ਪੂਰੇ ਹੋਏ, ਉੱਥੇ ਪੂਰੀਆਂ ਟੋਪੀਆਂ ਛਾਪੀਆਂ ਨੱਥੀਆਂ ਪੂਰੀਆਂ ਸਾਰਿਆਂ ਦੀਆਂ। ਲੇਕਿਨ ਉਹ ਹੁਣ ਪੋਸਟਪੋਨ ਕਰ ਦਿੱਤੀ ਗਈ ਹੈ, ਹੁਣ ਕਦੋਂ ਗਾਹ ਹੁੰਦੀ ਇਹ ਨਹੀਂ ਪਤਾ। ਲੇਕਿਨ ਇਹ ਜਿਹੜੀ ਸਿਆਸਤ ਚ ਮਨਮਾਨੀ ਹੋ ਰਹੀ ਆ, ਜੋ ਕਾਂਗਰਸ ਕਰਦੀ ਸੀ ਉਸੇ ਪੈਟਰਨ ਤੇ ਇਹ ਚੱਲ ਪਏ ਨੇ ਭਾਈ, ਧੱਕੇਸ਼ਾਹੀ ਕਰਕੇ ਕਬਜ਼ਾ ਕਰਨਾ, ਕੁਰਸੀ ਪੋਣੀ ਜੋ ਮਰਜ਼ੀ ਕਰੋ। ਜੇ ਇਹ ਗੱਲ ਕੀਤੀ ਤੇ ਫਿਰ ਡੈਮੋਕ੍ਰੇਸੀ ਦਾ ਕਤਲ ਨਹੀਂ, ਡੈਮੋਕ੍ਰੇਸੀ ਖਤਮ ਸਮਝ ਲਓ। ਦੋ ਸਵਾਲ ਬੜੇ ਅਹਿਮ ਨੇ।
ਇੱਕ ਬਿਆਨ ਮੈਂ ਪੜ੍ਹ ਰਿਹਾ ਸੀਗਾ, ਮੁੱਖ ਮੰਤਰੀ ਹੈ ਤ੍ਰਿਪੁਰਾ ਮਾਨਕ ਸ਼ਾਹਾ, ਮਾਨਕ ਸ਼ਾਹਾ ਦਾ ਬਿਆਨ ਹੈ, ਵੈਸੇ ਗਾਣਾ ਹੈ ਜੀ, ਰਾਮ ਤੇਰੀ ਗੰਗਾ ਮੈਲੀ ਹੋ ਗਈ ਪਾਪੀਓ ਕੇ ਪਾਪ ਦੋਤੇ ਦੋਤੇ, ਭਾਜਪਾ ਗੰਗਾ ਵਰਗੀ ਆ, ਡੁਬਕੀ ਲਗਾਓ ਤੇ ਪਵਿੱਤਰ ਹੋ ਜਾਓ। ਇਹ ਮੇਰਾ ਨਹੀਂ ਬਿਆਨ, ਨਾ ਮੇਰਾ ਸਵਾਲ ਆ, ਇਹ ਕਿਹਾ ਮੁੱਖ ਮੰਤਰੀ ਤ੍ਰਿਪੁਰਾ ਮਾਨਕ ਸ਼ਾਹਾ ਨੇ, ਕੀ ਕਹਿਣਾ ਚਾਹੋਗੇ? ਬਿਲਕੁਲ ਠੀਕ ਕਿਹਾ ਜੀ, ਜਿਹੜੇ ਬੰਦੇ ਦੇ ਉੱਤੇ ਇਹ ਇਲਜ਼ਾਮਾਂ ਦਾ ਇੱਕ ਭੰਡਾਰ ਲਾ ਦਿੰਦੇ ਵੀ ਇਹਨੇ ਫਲਾਣ ਕੀਤਾ ਜੀ, ਟੀਂਕ ਕੀਤਾ, ਇਹ ਚੋਰ ਆ, ਇਹ ਡਾਕੂ ਆ, ਇਹ ਬੜੇ ਇਲਜ਼ਾਮ ਲਾਉਂਦੇ ਆ, ਤੇ ਜਦੋਂ ਉਹ ਚੁੱਪ ਕਰਕੇ ਭਾਜਪਾ ਦੇ ਦਫ਼ਤਰ ਚ ਆ ਜਾਂਦਾ ਵਾ ਵੀ ਲਓ ਜੀ ਮੈਨੂੰ ਚੁਕਾਓ ਸੋ ਤੇ ਮੈਂ ਭਾਜੀ ਬਣ ਜਾਂਦਾ, ਤੇ ਫਿਰ ਉਹ ਬਿਲਕੁਲ ਪਵਿੱਤਰ ਹੋ ਜਾਂਦਾ। ਬਿਲਕੁਲ ਠੀਕ ਕਿਹਾ, ਆਪਾਂ ਵੀ ਗੱਲ ਕਰਦੇ, ਪਤਾ ਨੀ ਕਿਹੜੀ ਵਾਸ਼ਿੰਗ ਮਸ਼ੀਨ ਕੋਈ ਹੈਗੀ ਆ ਜਿਹਦੇ ਬਿਜਲੀ ਲੰਘਾ ਕੇ ਬੰਦਾ ਪਵਿੱਤਰ ਕਰ ਦਿੰਦੇ ਆ। ਹੁਣ ਉਹਨੇ ਗੰਗਾ ਨਾਲ ਤੁਲਨਾ ਕੀਤੀ ਭਾਜਪਾ ਦੀ, ਕਹਿੰਦਾ ਭਾਜਪਾ ਗੰਗਾ ਵਰਗੀ, ਆਓ ਆ ਕੇ ਵੇਖੋ, ਭਾਜਪਾ ਆਓਗੇ ਤੇ ਪਵਿੱਤਰ ਹੋ ਜਾਓਗੇ, ਸਾਰੇ ਪਾਪ ਪਵਿੱਤਰਪਾ, ਸਾਰੇ ਪਾਪ ਖਤਮ। ਬਿਲਕੁਲ ਠੀਕ ਕਿਹਾ ਉਹਨੇ ਚਾਵਲਾ ਸਾਹਿਬ, ਜਿਹੜੀ ਤ੍ਰਿਪੁਰਾ ਨਾ, ਤ੍ਰਿਪੁਰਾ ਉੱਥੋਂ ਦੇ ਮੁੱਖ ਮੰਤਰੀ ਨੇ, ਤ੍ਰਿਪੁਰਾ ਦੇ ਵਿੱਚ ਮਾਨਕ ਸ਼ਾਹ ਜਿਹੜਾ ਕਮਿਊਨਿਸਟਾਂ ਦਾ ਮੁੱਖ ਮੰਤਰੀ ਸੀ, ਤੇ ਉਹ ਚੱਪਲ ਪਾ ਕੇ ਆਪਣੇ ਇੱਕ ਕਿਰਾਏ ਦੇ ਘਰ ਚ ਰਹਿੰਦਾ ਹੁੰਦਾ ਸੀ, ਸਰਕਾਰੀ ਘਰ ਚ ਨਹੀਂ ਹੁੰਦਾ, ਬੱਚਾ ਉਹਦਾ ਕੋਈ ਹੈ ਨਹੀਂ ਸੀ, ਉਹਦੀ ਪਹਿਲੀ ਵਾਈਫ ਸੀ ਉਹ ਟੀਚਰ ਸੀਗੀ, ਜਦੋਂ ਟੀਚਰ ਰਿਟਾਇਰ ਹੋਈ ਜਿਹੜੇ ਫੰਡ ਮਿਲੇ ਉਹਦਾ ਇੱਕ ਛੋਟਾ ਜਿਹਾ ਘਰ ਆਪਣਾ ਖਰੀਦਿਆ ਸੀ, ਆਪਣੇ ਘਰੋਂ ਦਫ਼ਤਰ ਤੱਕ ਪੈਦਲ ਜਾਂਦਾ ਸੀ, ਸਰਕਾਰੀ ਗੱਡੀ ਵੀ ਉਦੋਂ ਵਰਦਾ ਜਦੋਂ ਸਰਕਾਰ ਦਾ ਕੰਮ ਕਰਨਾ, ਅਦਰਵਾਇਜ ਨਹੀਂ ਸੀ ਵਰਦਾ, ਸਵੇਰੇ ਤਿੰਨ ਚਾਰ ਕਿਲੋਮੀਟਰ ਸੈਰ ਕਰਦਾ ਸੀ ਕੱਲਾ, ਰਸਤੇ ਚ ਕਿਤੇ ਖੁੱਕ ਕੇ ਚਾਹ ਵੀ ਪੀ ਲੈਂਦਾ ਸੀ, ਕਿਤੇ ਕੱਲਾ ਜਾਂਦਾ ਸੀ, ਕੋਈ ਖਤਰਾ ਨਹੀਂ ਸੀ ਉਹਨੂੰ। ਜਿੰਨੀ ਉਸ ਬੰਦੇ ਨੇ ਤ੍ਰਿਪੁਰਾ ਡਿਵੈਲਪਮੈਂਟ ਕੀਤੀ ਆ, ਉੱਥੋਂ ਦੇ ਲੋਕ ਅੱਜ ਪਛਤਾ ਰਹੇ ਨੇ ਬਨਸਲ ਨੇ ਬਣਿਆ ਕੀ ਹੈ, ਤੇ ਭਾਜਪਾ ਨੇ ਜਿੱਦਾਂ ਉੱਥੇ ਆਪਣਾ ਘੋਲ ਕੇ ਆ ਜਿਹੜਾ ਹੁੰਦਾ ਧਰਮ ਦਾ, ਧਰਮ ਦਾ ਕਾਲਾ ਘੋਲ ਕੇ ਲੋਕਾਂ ਨੂੰ ਪਿਆਰਤਾ, ਲੋਕ ਇਸ ਪਾਸੇ ਆ ਗਏ। ਹੁਣ ਉੱਥੇ ਇਹਨਾਂ ਨੇ ਲਗਭਗ ਇਹ ਤ੍ਰਿਪੁਰਾ ਖਤਮ ਕਰ ਦਿੱਤੇ, ਇਹਦੇ ਇਹਦੇ ਤੇ ਕਿਹਦੇ ਤੇ ਹੈਗਾ ਤੰਜ ਕੱਸਿਆ, ਇਹਨੇ ਤੰਜ ਕੱਸਿਆ ਬਕਾਇਦਾ ਤੌਰ ਤੇ ਕਾਮਰੇਡਾਂ ਦੇ, ਕਾਮਰੇਡੋ ਛੱਡ ਦਿਓ, ਕਾਮਰੇਡ ਹੀ ਆ ਜਾਓ ਭਾਜਪਾ ਚ ਜੇ ਪਵਿੱਤਰ ਹੋਣਾ, ਤੇ ਇਹ ਗੰਗਾ ਵਰਗੇ ਕਾਮਰੇਡ ਨਾ ਕਹੋ, ਕਈਆਂ ਨੂੰ ਭਾਈ ਉਹ ਚੰਗਾ ਲੱਗਦਾ, ਸਾਥੀ ਲਫ਼ਜ਼ ਵਧੀਆ। ਔਖੀ ਘੜੀ ਵਿੱਚ ਸਾਥ ਛੱਡਣ ਵਾਲਿਆਂ ਨਾਲ ਕੋਈ ਸਾਂਝ ਨਹੀਂ ਹੈ, ਅਸ਼ਵਨੀ ਸ਼ਰਮਾ, ਕਿਆ ਬਾਤ ਹੈ, ਕਾਫੀ 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 ਗਰਜੇ ਨੇ, ਮਤਲਬ ਇਹਦੇ ਵੱਲ 9 ਮਾਸ ਦਾ ਰਿਸ਼ਤਾ ਜਿਹੜਾ ਪਤੀ ਪਤਨੀ ਵਾਲਾ ਰਿਸ਼ਤਾ ਉਹਦੇ ਉੱਤੇ ਤਰਜ ਹੈ, ਕੀ ਕਹਿਣਾ ਚਾਹੋਗੇ? ਇਹਨਾਂ ਦਾ ਸਮਝੌਤਾ ਹੋ ਜਾਣਾ ਸੀ ਹੁਣ ਤੱਕ, ਲੇਕਿਨ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਬਹੁਤ ਅੜੇ ਨੇ, ਕਹਿੰਦੇ ਬਿਲਕੁਲ ਨੀ, ਇਹਨਾਂ ਨੇ ਜੋ ਮਰਜ਼ੀ ਉਹਦੇ ਸਮਝੌਤਾ ਨੀ ਕਰਨਾ, ਸਾਨੂੰ ਔਖੇ ਵੇਲੇ ਪਹਿਲਾਂ ਸਾਨੂੰ ਫਸਾਇਆ, ਇੱਦਾਂ ਦੇ ਆਪ ਹੀ ਨਿਕਲ ਕਰਦੇ ਹੋ, ਤੁਹਾਡੇ ਨਾਲ ਖੜੇ ਮੀਟਿੰਗਾਂ ਚ ਸਾਈਨ ਕਰਦੇ ਰਹੇ, ਹਾਮੀ ਭਰਦੇ ਰਹੇ, ਤੇ ਮੁੜ ਕੇ ਮੌਕੇ ਤੇ ਆ ਕੇ ਭੱਜ ਕੇ ਜਦੋਂ ਔਖਾ ਸਮਾਂ ਆਇਆ, ਤੇ ਅਸੀਂ ਇਹਨਾਂ ਦਾ ਸਮਝੌਤਾ ਕਿਉਂ ਕਰੀਏ, ਅਸੀਂ ਵੇਖਾਂਗੇ ਇੱਥੇ ਕੀ ਕਰਨਾ। ਦਰਦ ਛਲਕਿਆ ਸੁਖਬੀਰ ਸਿੰਘ ਬਾਦਲ ਦਾ ਮੁਕਤਸਰ ਦੇ ਵਿੱਚ, ਜਦੋਂ ਮਾਘੀ ਮੇਲੇ ਤੇ ਮੀਟਿੰਗ ਕਰਨ ਗਿਆ ਵੀ ਮਾਘੀ ਦਾ ਆਪਾਂ ਮੇਲਾ ਇੱਥੇ ਮਨਾਉਣਾ, ਕਰਨੀ ਆ ਕਾਨਫਰੰਸ ਕਰਨੀ, ਉਦੋਂ ਇਹਨਾਂ ਨੇ ਗੱਲ ਕਹੀ, ਉਹ ਕਹਿੰਦੇ ਵੀ ਜੇ ਕਿਤੇ ਅਸੀਂ ਇੱਕ ਧੋਖਾ ਖਾ ਗਏ, ਕਿਉਂ ਅਸੀਂ ਉਦੋਂ ਬੀਜੇਪੀ ਤੋਂ ਆਪਣਾ ਗੱਠਜੋੜ ਤੋੜਿਆ, ਕਿ ਕਿਸਾਨਾਂ ਦੇ ਹੱਕ ਚ ਖੜੇ ਅਸੀਂ, ਲੇਕਿਨ ਕਿਸਾਨਾਂ ਨੇ ਸਾਡੀ ਕੋਈ ਸਾਰ ਨਹੀਂ ਲਈ, ਤੁਸੀਂ ਕਿੱਥੇ? ਜੇ ਬੀਜੇਪੀ ਨਾਲੋਂ ਅਸੀਂ ਆਪਣਾ ਨੱਕ ਨਾਤਾ ਨਾ ਤੋੜਦੇ, ਤੇ ਅੱਜ ਸਾਡੇ ਕੋਲੇ ਘੱਟੋ ਘੱਟ ਬੀਜੇਪੀ ਤੇ ਅਕਾਲੀ ਭਾਜਪਾ ਕੋਲੇ 46 ਸੀਟਾਂ ਹੁੰਦੀਆਂ, 46 ਸੀਟਾਂ ਇਹ ਜੇ ਦਰਦ ਛਲਕਦਾ ਕਿਸਾਨ ਪੈਂਠੇ ਕੁਝ ਕੋਈ ਗੱਲ ਕੁਰਸੀ ਚਾਹੀਦੀ ਉਮਰ ਜੀ ਸਾਨੂੰ, ਨਹੀਂ ਉਹਨਾਂ ਨੂੰ ਕਹੋ ਭਾਈ ਸਾਹਿਬ ਤੁਹਾਡੇ ਜੜਾ ਜੇ ਬਹਿ ਗਈ ਆ ਅਣਪਛਾਤੀ ਪੁਲਿਸ, ਉਹਨੇ ਕਹਿੰਦੇ ਹੋ, ਉਹਨੇ ਕਹਿੰਦੇ ਹੋ ਅਣਪਛਾਤੀ ਪੁਲਿਸ ਬੈਠੀ ਹੁੰਦੀ ਚਾਵਲਾ ਸਾਹਿਬ ਉਸੇ ਹਲਕੇ ਤੇ, ਸੁਖਬੀਰ ਫਿਰ ਬਹੁਤ ਬਹੁਤ ਸੰਪਤੀ ਨਾਲ ਜਿਹੜੀ ਅਸੀਂ ਵੋਟਾਂ ਲੈ ਕੇ ਨਾ ਜਿੱਦਾਂ ਐਮ ਪੀ ਨਾ ਬਣਦਾ ਉੱਥੇ, ਨਹੀਂ ਉਸ ਇਲਾਕੇ ਨੂੰ ਛੱਡੋ, ਬਾਕੀ ਜੇ ਉਸ ਇਲਾਕੇ ਨੂੰ ਛੱਡੋ ਬਾਕੀ ਇਲਾਕਿਆਂ ਦੀ ਤਾਂ ਗੱਲ ਕਰੋ ਨਾ, ਜੀ ਜੀ ਤੁਸੀਂ ਉਸ ਇਲਾਕੇ ਨੂੰ ਛੱਡ ਦੋ, ਅਗਲੀ ਗੱਲ ਕਰਦੇ ਆਪਾਂ, ਹਾਂਜੀ ਅਗਲੀ ਆਪਾਂ ਗੱਲ ਕਰਦੇ ਹੋ, ਇਹਦੇ ਵਿੱਚ ਕੀ ਹੋਇਆ
ਇਹਦੇ ਵਿੱਚ ਅਸ਼ਵਨੀ ਸ਼ਰਮਾ ਜਿਹੜੇ ਆਪਣੇ ਜ਼ਿਲ੍ਹੇ ਦੇ ਪ੍ਰਧਾਨ ਬਣੇ ਉਹਨੂੰ ਜਿਹੜੀ ਸੀ ਆ ਕੇ ਉਹਨਾਂ ਦੀ ਤਾਜਪੁੱਛੀ ਕਰਨ ਆਏ ਤੇ ਮਲੋੜ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਹਨਾਂ ਪੁੱਛਿਆ ਜੀ ਸੁਖਬੀਰ ਬਾਦਲ ਇਹ ਕਹਿੰਦਾ, ਉਹ ਕਹਿੰਦੇ ਉਹ ਮਾਂ ਮਰ ਗਈ ਜੀ ਦਹੀਂ ਦਾ ਰੋਟੀ ਦਿੰਦੀ ਸੀ, ਰੁੱਖੀ ਮਿੱਸੀ ਖਾਓ ਤੁਸੀਂ ਇੱਥੇ, ਕੋਈ ਗੱਲ ਨੀ, ਤੁਹਾਡੇ ਨਾਲ ਕੋਈ ਸਮਝੌਤਾ ਨੀ ਹੋਣਾ ਕਿਸੇ ਕਿਸਮ ਦਾ, ਤੁਸੀਂ ਸਾਡਾ ਔਖੇ ਵੇਲੇ ਸਾਥ ਛੱਡਿਆ ਸੀ, ਜਿਹੜਾ ਬੰਦਾ ਔਖੇ ਵੇਲੇ ਕੰਮ ਨੀ ਨਾ ਹੁੰਦਾ ਉਹਦੇ ਨਾਲ ਤੁਰਨਾ ਜਿਹੜਾ ਗੁਨਾਹ ਹੁੰਦਾ ਵਾ, ਇਸ ਕਰਕੇ ਅਸੀਂ ਆਪਣੀ ਅੱਗੇ ਲੜਦੇ ਸੀ, ਸਾਨੂੰ ਸਿਰਫ 17% ਸੀਟਾਂ ਦਿੰਦੇ, 17% 23 ਸੀਟਾਂ ਦਿੰਦੇ ਸਾਨੂੰ, ਇਹ ਤੋਂ ਵੱਧ ਨਹੀਂ ਸੀ ਮਿਲਦੀਆਂ, ਹੁਣ 117 ਲੜਾਂਗੇ ਅਸੀਂ, ਸਾਡਾ ਵੋਟ ਬੈਂਕ ਵਧੇਗਾ, ਸਾਡੀ ਲੋਕਾਂ ਚ ਸੇਵ ਵਧੇਗੀ, ਸਾਡੇ ਉਮੀਦਵਾਰ ਵਧਣਗੇ, ਤੇ ਇਸ ਕਰਕੇ ਅਸੀਂ ਸਮਝੌਤਾ ਕੋਈ ਨੀ ਕਰਨਾ, ਅਸੀਂ ਲੋਕ ਸਭਾ ਵੀ ਇਕੱਲਿਆਂ ਲੜਨੀਆਂ ਵਾ ਤੇ ਬਕਾਇਦਾ ਤੌਰ ਤੇ ਵਿਧਾਨ ਸਭਾ ਵੀ ਇਕੱਲਿਆਂ ਕਰਨੀਆਂ, ਵੀ ਇਹਨਾਂ ਨਾਲ ਕਿਸੇ ਵੀ ਸੂਰੇ ਸਮਝੌਤਾ ਨਹੀਂ ਕਰਨਾ। ਪਰ ਅਸ਼ਵਨੀ ਸ਼ਰਮਾ ਜੀ ਜਿੱਦਣ ਕਿਤੇ ਉੱਪਰਲੇ ਲੀਡਰਾਂ ਦਾ ਗੱਠਜੋੜ ਹੋ ਗਿਆ ਨਾ, ਤੁਹਾਨੂੰ ਕਿਸੇ ਨੀ ਪੁੱਛਣਾ ਤੁਸੀਂ ਕੌਣ ਤੇ ਮੈਂ ਕੌਣ। ਅਗਲੀ ਗੱਲ, ਕਹਿੰਦੇ ਆਮ ਤੌਰ ਤੇ ਕੀ ਹੁੰਦਾ, ਆਮ ਤੌਰ ਤੇ ਇਹ ਹੁੰਦਾ ਵੀ ਜਦੋਂ ਕੋਈ ਮੁੱਖ ਮੰਤਰੀ ਹੁੰਦਾ ਤੇ ਜਿਹੜਾ ਡਿਪਟੀ ਮੁੱਖ ਮੰਤਰੀ ਉਹ ਨਾਲ ਐਸੋਸੀਏਟ ਪਾਰਟੀ ਦਾ ਹੁੰਦਾ, ਇਹਨਾਂ ਨੇ ਸਾਡੇ ਨਾਲ ਉੱਥੇ ਵੀ ਗਦਾਰੀ ਕੀਤੀ, ਮੁੱਖ ਮੰਤਰੀ ਪਿਓ ਤੇ ਪੁੱਤ ਜਿਹੜਾ ਸੀ ਡਿਪਟੀ ਮੁੱਖ ਮੰਤਰੀ ਬਣ ਗਿਆ, ਸਾਨੂੰ ਉੱਥੇ ਵੀ ਇਗਨੋਰ ਕੀਤਾ, ਤੇ ਅਸੀਂ ਕਿਉਂ ਸਮਝੌਤਾ ਕਰਾਂਗੇ ਇਹਨਾਂ ਨਾਲ, ਕਾਹਦੇ ਵਾਸਤੇ ਕਰਾਂਗੇ। ਬਹੁਤ ਸਾਰੇ ਲੀਡਰ ਆਉਣ ਵਾਲੇ ਸਮੇਂ ਚ ਅਕਾਲੀ ਦਲ ਚ ਭਾਜਪਾ ਸ਼ਾਮਿਲ ਹੋ ਰਹੇ, ਤੁਸੀਂ ਵੇਖੋ ਰੋਜ਼ ਦੋ ਚਾਰ ਲੀਡਰ ਤੁਰੇ ਰਹਿੰਦੇ ਆ, ਆਉਣ ਵਾਲਾ ਸਮਾਂ ਵੇਖੋ, ਤੇਲ ਵੇਖੋ, ਤੇਲ ਦੀ ਧਾਰ ਵੇਖੋ, ਇਹ ਹੁਣ ਜਾ ਕੇ ਪੱਠੀ ਪਾਉਣਗੇ ਡੰਗਰਾਂ ਨੂੰ, ਇੱਕ ਸੈਲਸਰ ਨਹੀਂ ਕਰਨਗੇ। ਦੋਸਤੋ ਤੁਸੀਂ ਸੁਣਿਆ ਸਾਡੀ ਗੱਲਬਾਤ ਨੂੰ, ਸਰਦਾਰ ਜਸਵੀਰ ਸਿੰਘ ਜੀ ਪੱਟੀ, ਸਮਾਂ ਸਾਡਾ ਸਮਾਪਤੀ ਵਾਲੇ ਪਾਸੇ ਨੂੰ ਹੈ, ਲਗਾਤਾਰ ਹਾਫ ਏ ਨਾਵਰ ਅਸੀਂ ਗੱਲਬਾਤ ਕੀਤੀ ਹੈ, ਉਮੀਦ ਰੱਖਦੇ ਹਾਂ ਆਪ ਜੀ ਨੂੰ ਪਸੰਦ ਆਈ ਹੋਵੇਗੀ। ਚੈਨਲ ਕਿਸ ਤਰ੍ਹਾਂ ਦਾ ਲੱਗਦਾ ਸਬਸਕ੍ਰਾਈਬ ਕਰੋ, ਪਿਛਲੇ 25 ਵਰ੍ਹਿਆਂ ਤੋਂ ਵੈਸੇ ਇੱਕ ਰੇਡੀਓ ਹੈ, IPTV ਬਹੁਤ ਯੂਟਿਊਬ ਫੇਸਬੁੱਕ ਦੇ ਰਾਹੀਂ ਅਸੀਂ ਜੋ ਵੱਖ ਵੱਖ ਮਾਧਿਅਮ ਨੇ ਉਹਦੇ 'ਚ ਕੋਸ਼ਿਸ਼ ਕਰਦੇ ਹਾਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਹੋਇਆਂ ਚੰਗੀ ਅਤੇ ਜਿਹੜੀ ਹੈ ਵਧੀਆ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ। ਭੁੱਲ ਚੁੱਕਾਂ ਦੀ ਮਾਫ਼ੀ, ਪੱਟੀ ਸਾਹਿਬ ਲਈਏ ਫਿਰ ਆ ਗਿਆ, ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।